ਪਾਰਟੀ ਨੇ ਬਰਖਾਸਤ ਕੀਤਾ, ਮੈਂ ਤਾਂ ਇਹ ਕਹੂੰਗਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਅਤੇ ਅਸੀਂ ਇਸ ਜੰਜਾਲ 'ਚੋਂ ਨਿਕਲ ਗਏ। ਪਾਰਟੀ ਜਿਹੜੀ ਆ ਪਹਿਲਾਂ ਜਿਹੜੀ ਬੜੀ ਹਾਸ਼ੀਏ 'ਤੇ ਚਲੇਗੀ, ਕਿਉਂਕਿ ਸਾਡੀ ਪਾਰਟੀ 'ਤੇ ਇਲਜ਼ਾਮ ਲੱਗਦੇ ਆ ਬੇਅਦਬੀ ਦੇ, ਨਸ਼ੇ ਦੇ, ਅਤੇ ਇੱਕ ਜਿਹੜਾ ਇਹ ਸੱਜਣ ਆ ਬਲਾਤਕਾਰੀ ਸੱਜਣ, ਉਹਨੂੰ ਜਦੋਂ ਪਾਰਟੀ 'ਚ ਸ਼ਾਮਿਲ ਕਰਵਾਉਣ ਦੀ ਗੱਲ ਚੱਲੀ ਤਾਂ ਮੈਂ ਇਹਦਾ ਵਿਰੋਧ ਕੀਤਾ। ਇਹ ਜਿਹੜਾ ਆਪ ਬਣਿਆ ਜਰਨੈਲ ਹੈ ਨਾ, ਆਪਣੇ ਆਪ ਨੂੰ ਜਰਨੈਲ ਕਹਾਉਣ ਵਾਲਾ ਬਿਕਰਮ ਸਿੰਘ ਮਜੀਠੀਆ, ਕਿਉਂਕਿ ਇਹਨੇ ਮਾਝੇ ਦੀ ਸਾਰੀ ਜਿਹੜੀ ਅਕਾਲੀ ਆ ਨਾ, ਉਹਨਾਂ ਦਾ ਸੱਤਿਆਨਾਸ਼ ਕਰਕੇ ਰੱਖਤਾ ਅਕਾਲੀ ਦਲ ਦਾ। 2004 'ਚ ਸਰਦਾਰ ਜੀ ਆਏ ਅਤੇ ਇਹਨੇ ਜਿਹੜਾ ਸੀ ਨਾ ਇੱਕ ਡੈਰੀ ਲਾ ਲਈ ਕਿ ਜਿਹੜੇ ਟਕਸਾਲੀ ਪਰਿਵਾਰ ਨੇ ਨਾ ਉਹਨਾਂ ਨੂੰ ਖਤਮ ਕਿਵੇਂ ਕਰਨਾ, ਹੌਲੀ ਹੌਲੀ ਖਤਮ ਕਰਦਿਆਂ ਕਰਦਿਆਂ ਅੱਜ ਇਹ ਹਾਲਾਤ ਲਿਆ ਦਿੱਤੇ ਆ। ਮੈਂ ਅੱਜ ਗੁਰਦਾਸਪੁਰ ਇਕੱਲੇ ਦੀ ਗੱਲ ਕਰਾਂ ਨਾ, ਅਤੇ ਉੱਥੇ ਇੱਕ ਵੀ ਟਕਸਾਲੀ ਪਰਿਵਾਰ ਨਹੀਂ ਰਹਿ ਗਿਆ। ਹਾਲਾਤ ਇਹ ਬਣਾ ਦਿੱਤੇ ਸੀ ਪਾਰਟੀ ਦੇ ਕਿ ਪਾਰਟੀ ਆਗੂਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਪਾਰਟੀ ਕਿੰਨਾ ਕੁ ਚਿਰ ਸਰਵਾਈਵ ਕਰੇਗੀ। ਹੁਣ ਤੁਸੀਂ ਵੇਖ ਲਓ ਆਪਾਂ ਹਾਸ਼ੀਏ 'ਤੇ ਹਾਂ, ਕਿੱਥੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਬਣਾਉਂਦੀ ਸੀ, ਅਤੇ ਅੱਜ 3 MLA ਨੇ। ਜਦੋਂ ਮਾਫ਼ੀ ਮੰਗਣੀ ਹੋਵੇ ਨਾ, ਉਦੋਂ ਅਕਾਲ ਤਖਤ ਸਾਹਿਬ 'ਤੇ ਨਿਮਾਣੇ ਸਿੱਖ ਬਣ ਕੇ ਜਾਈਦਾ, ਘਰ 'ਚ ਪੱਲਾ ਪਾ ਕੇ ਉੱਥੇ ਮਾਫ਼ੀ ਮੰਗੀਦਾ। ਇਹਨੂੰ ਮਾਫ਼ੀ ਨਹੀਂ ਮੈਂ ਕਹੂੰਗਾ, ਮਾਫ਼ੀ ਹੁੰਦੀ ਆ ਜਾ ਕੇ ਤਨਖਾਹ ਲਵਾਈ ਦੀ ਆ ਕਿ ਮੇਰੇ ਕੋਲੋਂ ਆਹ ਗਲਤੀ ਹੋਈ ਜਾਣੇ ਅਣਜਾਣੇ ਦੇ ਵਿੱਚ। ਉਹ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਨਾ, ਫਿਰ ਉਹ ਅੱਗੇ ਹੁਕਮ ਸੁਣਾਉਂਦੇ ਨੇ। ਅਕਾਲੀ ਦਲ ਤੋਂ ਬਰਖਾਸਤ ਕੀਤੇ ਗਏ ਰਵੀ ਕਰਨ ਸਿੰਘ ਕਾਲੋਂ, ਜਿਹੜੇ ਕਿ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਲੋਂ ਦੇ ਸਪੁੱਤਰ ਹਨ, ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਅਕਾਲੀ ਦਲ ਛੱਡ ਕੇ ਆਏ ਹੋ, ਸਪੀਕਰ ਸਾਹਿਬ ਦੇ ਸਪੁੱਤਰ ਰਹੇ ਹੋ, ਬੜੀ ਵੱਡੀ ਸ਼ਖਸੀਅਤ ਸੀਗੇ ਨਿਰਮਲ ਸਿੰਘ ਜੀ, ਅਤੇ ਤੁਸੀਂ ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ, ਬਰਖਾਸਤ ਕੀਤੇ ਗਏ ਉੱਥੋਂ ਤੁਸੀਂ, ਅਤੇ ਕੀ ਵਜ੍ਹਾਵਾਂ, ਕੀ ਕਾਰਨ ਆ, ਕੀ ਹੈ ਜਿਹੜੇ ਕਲੇਸ਼ ਸੀ ਜਾਂ ਜਿਹਨੂੰ ਕਹਿ ਸਕੀਏ ਡੈਫੀਨੇਟਲੀ ਕੁਛ ਜਿਹੜੀਆਂ ਮਿਸਅੰਡਰਸਟੈਂਡਿੰਗ ਸੀਗੀਆਂ ਜਾਂ ਜੋ ਵੀ ਸੀਗੀਆਂ, ਕਾਰਨ ਵਜ੍ਹਾਵਾਂ ਕੀ ਰਹੀਆਂ, ਕਿਉਂ ਤੁਹਾਨੂੰ ਬਰਖਾਸਤ ਕਰਤਾ ਅਕਾਲੀ ਦਲ ਨੇ? ਦੇਖੋ ਜੀ, ਪਾਰਟੀ ਨੇ ਬਰਖਾਸਤ ਕੀਤਾ, ਮੈਂ ਤਾਂ ਇਹ ਕਹੂੰਗਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਅਤੇ ਅਸੀਂ ਇਸ ਜੰਜਾਲ 'ਚੋਂ ਨਿਕਲ ਗਏ, ਕਿਉਂਕਿ ਮੈਂ ਗੱਲ ਕੀਤੀ ਸੀ ਸੱਚਾਈ ਦੀ, ਮੈਂ ਗੱਲ ਕੀਤੀ ਸੀ ਧੀਆਂ ਭੈਣਾਂ ਦੀ, ਕਿਉਂਕਿ ਮੇਰੀਆਂ ਵੀ 3 ਬੇਟੀਆਂ ਨੇ ਜੀ, ਅਤੇ ਮੈਂ ਚਾਹੁੰਦਾ ਸੀ ਕਿ ਪਾਰਟੀ ਜਿਹੜੀ ਆ ਪਹਿਲਾਂ ਜਿਹੜੀ ਬੜੀ ਹਾਸ਼ੀਏ 'ਤੇ ਚਲੇਗੀ ਆ, ਕਿਉਂਕਿ ਸਾਡੀ ਪਾਰਟੀ 'ਤੇ ਇਲਜ਼ਾਮ ਲੱਗਦੇ ਆ ਬੇਅਦਬੀ ਦੇ, ਨਸ਼ੇ ਦੇ, ਅਤੇ ਇੱਕ ਜਿਹੜਾ ਇਹ ਸੱਜਣ ਆ ਬਲਾਤਕਾਰੀ ਸੱਜਣ, ਉਹਨੂੰ ਜਦੋਂ ਪਾਰਟੀ 'ਚ ਸ਼ਾਮਿਲ ਕਰਵਾਉਣ ਦੀ ਗੱਲ ਚੱਲੀ ਤਾਂ ਮੈਂ ਇਹਦਾ ਵਿਰੋਧ ਕੀਤਾ। ਇਸ ਵਿਰੋਧ ਦੇ ਵਿੱਚ ਉਹਨਾਂ ਨੇ ਮੇਰੀ ਆਵਾਜ਼ ਨੂੰ ਦਬਾ ਦਿੱਤਾ, ਅਤੇ ਉਸ ਬਲਾਤਕਾਰੀ ਦੀ ਆਵਾਜ਼ ਜਿਹੜੀ ਉਹਦਾ ਕੋਈ ਬਿਆਨ ਨਹੀਂ ਦਿੱਤਾ, ਉਹਦਾ ਕੋਈ ਸੰਗਿਆਨ ਨਹੀਂ ਲਿਆ, ਅਤੇ ਸਿਰਫ ਮੈਂ ਇਸ ਕਰਕੇ ਜਿਹੜਾ ਸੀ ਮੈਂ ਪਾਰਟੀ ਦੇ ਨਿਸ਼ਾਨਾ ਬਣਾਇਆ। ਮੈਂ ਤਾਂ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਕਿ ਪ੍ਰਧਾਨ ਸਾਹਿਬ ਤੁਹਾਡਾ ਧੰਨਵਾਦ, ਜੇ ਮੈਂ ਸੱਚ ਦੀ ਆਵਾਜ਼ ਦੀ ਚੁੱਕੀ ਆ, ਲੜਾਈ ਲੜੀ ਆ, ਅਤੇ ਤੁਸੀਂ ਮੈਨੂੰ ਫਾਂਸੀ ਲਾਇਆ, ਤਾਂ ਮੈਂ ਉਹ ਫਾਂਸੀ ਜਿਹੜੀ ਆ ਖੇੜੇ ਮੱਥੇ ਪ੍ਰਵਾਨ ਕਰਦਾ। ਦਰਸ਼ਕਾਂ ਨੂੰ ਜ਼ਰੂਰ ਖੁੱਲ੍ਹ ਕੇ ਦੱਸ ਦਿਓ ਕਿਸ ਬਲਾਤਕਾਰੀ ਦੇ ਵੱਲ ਇਸ਼ਾਰਾ ਤੁਸੀਂ ਕਰ ਰਹੇ ਹੋ, ਖੁੱਲ੍ਹ ਕੇ ਗੱਲ ਕਰੋ, ਕਿਉਂਕਿ ਹੁਣ ਜੇ ਤੁਸੀਂ ਛੱਡ ਹੀ ਆਏ ਤਾਂ ਹੁਣ ਤਾਂ ਮੇਰੇ ਖਿਆਲ ਕੋਈ ਐਡੀ ਗੱਲ ਨਹੀਂ ਕਿ ਤੁਸੀਂ ਉਹ ਸਾਰੀ ਗੱਲਬਾਤ ਕਰ ਹੀ ਸਕਦੇ ਹੋ। ਦੇਖੋ, ਬਲਾਤਕਾਰੀ ਹਰ ਘਰ ਨੂੰ ਪਤਾ, ਉਹ ਵੀਡੀਓ ਸਾਰੇ ਘਰਾਂ ਦੇ ਵਿੱਚ ਗਈ, ਜਿਹੜੀ ਇੱਕ ਅਸ਼ੀਲ ਵੀਡੀਓ ਸੀ। ਮੈਂ ਉਹਦੇ ਬਾਰੇ ਮੇਰਾ ਅਤੇ ਮੈਂ ਮੇਰੀ ਆਪਣੀ ਜ਼ਬਾਨ 'ਚੋਂ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਉਹ ਸਾਡੇ ਹਲਕੇ ਦਾ ਸਾਬਕਾ ਵਜ਼ੀਰ ਜਿਹਨੇ ਇਹ ਸਾਰਾ ਕਾਂਡ ਕੀਤਾ ਸੀ, ਅਤੇ ਉਹਦੀ ਵੀਡੀਓ ਨਸ਼ਰ ਹੋਈ,
ਉੱਤੇ ਪਰਚਾ ਦਰਜ ਹੋਇਆ, ਉਹਨੂੰ ਸਿੱਖੀ ਧਰਮ ਦੇ ਵਿੱਚੋਂ ਜਿਹੜਾ ਸੀ ਖਾਰਜ ਕੀਤਾ ਗਿਆ। ਮੈਂ ਉਸ ਬਾਰੇ ਗੱਲ ਕੀਤੀ ਸੀ, ਇਸ ਕਰਕੇ ਇਹਨਾਂ ਨੇ ਜਿਹੜੀ ਸਾਰੀ ਗੱਲ ਕੀਤੀ। ਇੱਦਾਂ ਨਹੀਂ ਲੱਗਦਾ ਕਿ ਹੁਣ ਜਦੋਂ ਵੋਟਾਂ ਆਉਣ ਲੱਗੀਆਂ ਤਾਂ ਇਹ ਦਲ ਬਦਲੀਆਂ ਜ਼ਿਆਦਾ ਹੋਣ ਲੱਗੀਆਂ, ਕਿਉਂਕਿ ਨਾ ਕਰਦੇ ਚਲੋ ਬਰਖਾਸਤ ਵੀ ਤੁਹਾਨੂੰ ਹੁਣੀ ਕੀਤਾ ਗਿਆ ਜਾਂ ਜਿਸ ਤਰੀਕੇ ਦੇ ਨਾਲ ਹੀ, ਔਰ ਬਰਖਾਸਤ ਕਰਨ ਵੇਲੇ ਵੀ ਪਾਰਟੀਆਂ ਦੇ ਵੀ ਨੁਮਾਇੰਦੇ ਜਿਹੜੇ ਉਹਨਾਂ ਦੇ ਸਰਪ੍ਰਸਤ ਨੇ ਉਹ ਸੋਚਦੇ ਨਹੀਂ, ਬੜੇ ਐਂਟੀ ਪਾਰਟੀ ਦੇ ਇੱਕ ਗੱਲ ਜੀ ਕਹਿ ਕੇ ਜਾਂ ਉਹਦਾ ਇੱਕ ਇਲਜ਼ਾਮ ਜਿਹਾ ਲਾ ਕੇ ਉਹ ਜਿਹੜੇ ਨੇ ਕਿਸੇ ਵੀ ਬੰਦੇ ਨੂੰ ਕੱਢ ਦਿੰਦੇ ਨੇ। ਪਰ ਇਹ ਗੱਲਾਂ ਬਹੁਤ ਪਹਿਲੇ ਦੀਆਂ ਤੁਸੀਂ ਗੱਲ ਕਰ ਰਹੇ ਹੋ, ਬੇਅਦਬੀ ਦੀ ਤੁਸੀਂ ਗੱਲ ਕਰ ਰਹੇ ਹੋ, ਹੋਰ ਕਈ ਚੀਜ਼ਾਂ ਦੀ, ਉਹ ਸਾਰੇ ਦੇ ਸਾਰੇ ਮਾਮਲੇ ਤਾਂ ਬੜੇ ਲੰਬੇ ਲਟਕਦੇ ਆ ਰਹੇ ਨੇ। ਅੱਜ ਹੀ ਇਸ ਤਰ੍ਹਾਂ ਦੇ ਫੈਸਲੇ ਕਿਉਂ, ਮਤਲਬ ਹੁਣੀ ਕਿਉਂ ਜਾਗ ਆਈ ਹੈ? ਗੱਲ ਵੇਖੋ, ਜਦੋਂ ਇਲੈਕਸ਼ਨ ਆਉਂਦੀਆਂ ਹਨ ਉਦੋਂ ਮੁੱਦੇ ਜ਼ਰੂਰ ਉੱਠਦੇ ਨੇ, ਪਰ ਜਿਹੜਾ ਇਹ ਮੁੱਦਾ ਸੀ ਨਾ, ਇਹ ਜਿਹੜਾ ਆਪ ਬਣਿਆ ਜਰਨੈਲ ਹੈ ਨਾ, ਆਪਣੇ ਆਪ ਨੂੰ ਜਰਨੈਲ ਕਹਾਉਣ ਵਾਲਾ ਬਿਕਰਮ ਸਿੰਘ ਮਜੀਠੀਆ, ਕਿਉਂਕਿ ਇਹਨੇ ਮਾਝੇ ਦੀ ਸਾਰੀ ਜਿਹੜੀ ਅਕਾਲੀ ਆ ਨਾ, ਉਹਨਾਂ ਦਾ ਸੱਤਿਆਨਾਸ਼ ਕਰਕੇ ਰੱਖਤਾ ਅਕਾਲੀ ਦਲ ਦਾ। ਇਹਨੇ ਜਿੰਨੇ ਸਿਰਕੱਢ ਅਕਾਲੀ ਸੀ, ਜਿੰਨੇ ਟਕਸਾਲੀ ਅਕਾਲੀ ਸੀ, ਉਹਨਾਂ ਦੇ ਸਾਰੇ ਪਰਿਵਾਰ ਜਿਹੜੇ ਸੀ ਨਾ, ਇਹਨੇ ਰਾਜਨੀਤਿਕ ਤੌਰ 'ਤੇ ਖਤਮ ਕਰ ਦਿੱਤੇ ਆ। ਚਾਹੇ ਉਹ ਬ੍ਰਹਮਪੁਰਾ ਸਾਹਿਬ ਸੀ, ਚਾਹੇ ਡਾਕਟਰ ਰਤਨ ਸਿੰਘ ਸੀ, ਚਾਹੇ ਸੇਵਾ ਸਿੰਘ ਸੇਖਵਾਂ, ਚਾਹੇ ਮੇਰਾ ਪਰਿਵਾਰ ਆ, ਸਾਰਿਆਂ ਨੂੰ ਇਹਨੇ ਹਾਸ਼ੀਏ 'ਤੇ ਲਿਆ ਕੇ ਖਤਮ ਕਰ ਦਿੱਤਾ। ਵੇਖੋ, 2007 ਤੋਂ ਪਹਿਲਾਂ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਚੜ੍ਹਤ ਹੁੰਦੀ ਸੀ, ਸਰਕਾਰ ਮਾਝਾ ਬਣਾਉਂਦਾ ਹੁੰਦਾ ਸੀ। 2004 'ਚ ਸਰਦਾਰ ਜੀ ਆਏ ਅਤੇ ਇਹਨੇ ਜਿਹੜਾ ਸੀ ਨਾ, ਇੱਕ ਡੈਰੀ ਲਾ ਲਈ ਕਿ ਜਿਹੜੇ ਟਕਸਾਲੀ ਪਰਿਵਾਰ ਨੇ ਨਾ, ਉਹਨਾਂ ਨੂੰ ਖਤਮ ਕਿਵੇਂ ਕਰਨਾ, ਹੌਲੀ ਹੌਲੀ ਖਤਮ ਕਰਦਿਆਂ ਕਰਦਿਆਂ ਅੱਜ ਇਹ ਹਾਲਾਤ ਲਿਆ ਦਿੱਤੇ ਆ। ਮੈਂ ਅੱਜ ਗੁਰਦਾਸਪੁਰ ਇਕੱਲੇ ਦੀ ਗੱਲ ਕਰਾਂ ਨਾ, ਅਤੇ ਉੱਥੇ ਇੱਕ ਵੀ ਟਕਸਾਲੀ ਪਰਿਵਾਰ ਨਹੀਂ ਰਹਿ ਗਿਆ। ਪਠਾਨਕੋਟ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਚੂੜੀਆਂ ਤੱਕ ਇੱਕ ਵੀ ਟਕਸਾਲੀ ਅਕਾਲੀ ਪਰਿਵਾਰ ਨਹੀਂ ਰਹਿ ਗਿਆ। ਸਾਰੇ ਜਿਹੜੇ ਪਿਉਂਦੀ ਨੇ ਨਾ, ਉਹ ਹੁਣ ਹੈਗੇ ਆ। ਮੇਰਾ ਖਿਆਲ ਹੈ ਕਿ ਮੈਂ ਆਖਰੀ ਸੀ। ਡੈਫੀਨੇਟਲੀ ਤੁਸੀਂ ਸੁਖਜਿੰਦਰ ਰੰਧਾਵਾ ਦੇ ਸਾਹਮਣੇ ਉੱਥੇ ਖੜ੍ਹੇ ਹੋਏ ਸੀਗੇ, ਵੱਡੀ ਇੱਕ ਗੱਲ ਸੀਗੀ, ਕਿਉਂਕਿ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕਾਂਗਰਸ ਦੇ ਵੱਡੇ ਨੇਤਾ ਰਹੇ ਨੇ, ਟੱਕਰ ਦੇਣਾ ਕੋਈ ਸੌਖੀਆਂ ਚੀਜ਼ਾਂ ਨਹੀਂ ਹੈਗੀਆਂ ਇਸ ਤਰੀਕੇ ਦੇ ਨਾਲ। ਪਰ ਸਾਰੀਆਂ ਗੱਲਾਂ ਦੇ ਵਿੱਚ ਜਿੱਥੋਂ ਤੱਕ ਫਿਰ ਵੀ ਗੱਲ ਕੀਤੀ ਜਾਵੇ ਕਿ ਉਸ ਟਾਈਮ 'ਤੇ ਸਿਆਸਤ ਐਡੀ ਕੁ ਵੱਡੀ ਹੋ ਜਾਂਦੀ ਹੈ ਕਿ ਸਿਆਸਤ ਵੇਟ ਕਰਨੀ ਪੈਂਦੀ ਹੈ ਕਿ ਕੋਈ ਦੂਸਰਾ ਮੌਕਾ ਆਏ ਅਤੇ ਫਿਰ ਅਸੀਂ ਚੇਂਜ ਕਰੀਏ, ਕਿਉਂਕਿ ਨਾ ਕਰਦੇ ਛੱਡਿਆ ਵੀ ਜਾ ਸਕਦਾ ਜੇ ਨਾਰਾਜ਼ਗੀ ਹੋਵੇ। ਮੁੱਦੇ ਬਹੁਤ ਵੱਡੇ ਸੀਗੇ, ਪਰ ਨਾ ਕਰਦੇ ਹਜੇ ਵੀ ਉਹ ਜਿਹੜੇ ਮੁੱਦੇ ਨੇ, ਖਾਸ ਕਰਕੇ ਜਿਹੜੇ ਪੰਜਾਬ ਦੇ ਰਹਿੰਦੇ ਮੁੱਦੇ ਸੀ, ਬੇਅਦਬੀਆਂ ਦੀ ਗੱਲ ਕਰ ਲਓ, ਨਸ਼ੇ ਦੀ ਗੱਲ ਕਰ ਲਓ, ਉੱਥੇ ਦੀ ਉੱਥੇ ਖੜ੍ਹੇ ਨੇ। ਔਰ ਇਸ ਵਾਰੀ ਤਾਂ ਪਾਰਟੀਆਂ ਇਸ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਇੰਨੇ ਚੁੱਕ ਵੀ ਨਹੀਂ ਰਹੀਆਂ ਪਾਰਟੀਆਂ ਉਸ ਪ੍ਰੋਮੀਨੈਂਸ ਦੇ ਨਾਲ, ਨਾ ਹੀ ਕਿਸੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਉਸ ਤਰੀਕੇ ਦੇ ਨਾਲ ਪ੍ਰੋਮੀਨੈਂਸ ਇਹਨੂੰ ਦਿੱਤੀ ਵੀ ਹੈਗੀ ਹੈ। ਕਿਉਂਕਿ ਇਹ ਜਿਹੜਾ ਮਸਲਾ ਸੀ ਨਾ ਇਸ ਵੇਲੇ ਬੇਅਦਬੀ ਦਾ ਮਸਲਾ ਜਿਹੜਾ ਵਾ, ਇਹ ਸਬ ਜੂਡੀਸ ਮਸਲਾ ਸੀ, ਕਿਉਂਕਿ ਹੁਣ ਕੋਰਟ ਦੇ ਵਿੱਚ ਚਲਾਨ ਪੇਸ਼ ਹੋਏ ਨੇ, ਉਹਦੇ ਕਰਕੇ ਕੋਈ ਵੀ ਬੰਦਾ, ਕਿਉਂਕਿ ਹੁਣ ਜਦੋਂ ਕੋਰਟ 'ਚ ਮੈਟਰ ਚਲੇ ਜਾਂਦਾ ਨਾ ਜੀ, ਅਤੇ ਉਹ ਸਬ ਜੂਡੀਸ ਹੋ ਜਾਂਦਾ, ਫਿਰ ਇਸ ਕਰਕੇ ਉਹਦੀ ਜਿਹੜੀ ਆ ਜੇ ਗੱਲ ਕਰੀਏ ਤਾਂ ਕੋਰਟ ਦੀ ਤੋਹੀਨ ਹੁੰਦੀ ਆ। ਇਸ ਕਰਕੇ ਕਿਉਂਕਿ ਹੁਣ ਇਹ ਮੁੱਦਾ ਜਦੋਂ ਕੋਰਟ 'ਚ ਚਲੇ ਗਿਆ, ਹੁਣ ਇਹ ਕੋਰਟ ਨੇ ਫੈਸਲਾ ਕਰਨਾ। ਜਦੋਂ ਕੋਰਟ ਫੈਸਲਾ ਕਰੂਗੀ, ਜਿਹੜਾ ਮੇਰਾ ਖਿਆਲ ਹੈ ਕਿ ਅਸੀਂ ਤਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਕੋਰਟ ਸਹੀ ਫੈਸਲਾ ਕਰੇ ਅਤੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਸਿੱਖ ਉਹ ਜਿਹੜਾ ਕਾਂਡ ਹੋਇਆ ਸੀ ਨਾ, ਉਹਨੇ ਸਿੱਖ ਧਰਮ ਦੇ ਹਰ ਇਨਸਾਨ ਦਾ ਜਿਹੜਾ ਸੀ ਨਾ, ਹਿਰਦਾ ਵਲੂੰਦਰ ਕੇ ਰੱਖ ਦਿੱਤਾ ਸੀ। ਅਤੇ ਇਸ ਕਰਕੇ ਮੈਂ ਜਿਹੜੀ ਗੱਲ ਕਰਦਾ ਕਿ ਭਾਵੇਂ ਵੇਖੋ, ਮੈਂ ਫਤਿਹਗੜ੍ਹ ਚੂੜੀਆਂ ਜਿਹੜਾ ਸਾਡੇ ਮੇਰੀ ਪਿਤਾ ਜੀ ਜਿੱਥੋਂ ਮੇਰੇ ਇਲੈਕਸ਼ਨ ਲੜਦੇ ਸੀ, ਉਹ ਹਲਕਾ ਫਤਿਹਗੜ੍ਹ ਚੂੜੀਆਂ ਸੀ, ਮੈਂ ਵੀ ਉੱਥੇ ਕੰਮ ਕਰਦਾ ਸੀ। ਪਰ ਸਰਦਾਰ ਬਿਕਰਮ ਸਿੰਘ ਮਜੀਠੀਆ, ਜਿਹੜੇ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਨੇ, ਜਿਹੜੇ ਉਹਨਾਂ ਨੂੰ ਚਾਚਾ ਜੀ ਕਹਿੰਦੇ ਸੀ, ਅਤੇ ਸਾਰੇ ਕੰਮ ਉਹਨਾਂ ਕੋਲੋਂ ਲੈਂਦੇ ਸੀ। ਅਤੇ ਮੇਰੇ ਖਿਆਲ ਜਦੋਂ ਕੋਵਿਡ ਆਇਆ ਨਾ ਜੀ, ਹਰ ਬੰਦਾ ਆਪਣੇ ਘਰ ਵੜ ਗਿਆ ਸੀ, ਅਤੇ ਮੈਂ ਅਤੇ ਮੇਰੀਆਂ ਬੇਟੀਆਂ ਅਤੇ ਨਾਲ ਮੇਰੇ ਜਿਹੜੇ ਮੇਰੇ ਸਾਥੀ ਸੀ ਨਾ, ਅਸੀਂ ਹਰ ਘਰ ਪਹੁੰਚ ਕੀਤੀ। ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਉਸ ਸਮੇਂ ਲੋੜੀ ਦੀ ਚੀਜ਼ ਸੀ ਨਾ, ਉਹ ਹਰ ਘਰ ਪਹੁੰਚਾਈ, ਅਤੇ ਲੋਕਾਂ ਦਾ ਮੈਨੂੰ ਬਹੁਤ ਪਿਆਰ ਸਤਿਕਾਰ ਮਿਲਿਆ।
ਤੇ ਲੱਗਦਾ ਸੀ ਕਿ ਇਸ ਵਾਰੀ ਜਿਹੜਾ ਵਾ ਨਾ ਕਿ ਰਵੀਕਰਨ ਨੇ ਤ੍ਰਿਪਤ ਰਜਿੰਦਰ ਨੂੰ ਹਰਾ ਦੇਣਾ, ਕਿਉਂਕਿ ਪਹਿਲਾਂ ਵੀ ਮਾਰਜਨ ਬੜਾ ਥੋੜ੍ਹਾ ਮਾਰਜਨ ਰਿਹਾ ਸੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੇ ਨਾਲ 629 ਵੋਟਾਂ ਦਾ ਸਾਰਾ ਹੈਗਾ ਸੀ ਫਾਸਲਾ। ਅਤੇ ਉਹ ਫਿਰ ਉਹਨਾਂ ਨੇ ਆਖਿਆ ਵੀ ਇੱਥੋਂ ਚਾਚਾ ਜੀ ਨੂੰ ਜਿਤਾਉਣਾ ਅਤੇ ਰਵੀਕਰਨ ਨੂੰ ਮਾਰਨਾ ਅਤੇ ਰਵੀਕਰਨ ਨੂੰ ਡੇਰੇ ਭੇਜ ਦਿੱਤਾ। ਪਰ ਡੇਰੇ ਵਾਲੇ ਲੋਕਾਂ ਨੇ ਜਿੰਨਾ ਮੇਰਾ ਸਤਿਕਾਰ ਕੀਤਾ, ਸਾਡੇ ਪਰਿਵਾਰ ਦਾ ਸਾਥ ਦਿੱਤਾ, ਮੈਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦਾ। 2 ਮਹੀਨਿਆਂ ਦੀ ਲੜਾਈ ਸੀ ਅਤੇ 234 ਵੋਟਾਂ ਦਾ ਫਰਕ ਰਹਿ ਗਿਆ ਸੀ, ਅਤੇ ਉਹਨਾਂ ਲੋਕਾਂ ਦਾ ਤਾਂ ਮੈਂ ਦੇਣ ਹੀ ਨਹੀਂ ਦੇ ਸਕਦਾ। ਇਸ ਕਰਕੇ ਜਿਹੜੀਆਂ ਨੇ ਨਾ ਇਹ ਗੱਲਾਂ, ਇਹਦੇ ਵਿੱਚ ਜਦੋਂ ਰਾਜਾ ਵਪਾਰੀ ਹੋ ਜੇ ਅਤੇ ਰਾਜਾ ਇਹ ਜਿਹੜੀ ਆ ਕੀ ਕਹਿੰਦੇ ਨਾ ਕਿ ਉਹ ਜਦੋਂ ਕਹਿੰਦੇ ਵੀ ਕੋਕੋ ਆਪਣੇ ਨਿਆਣੇ ਖਾਣ ਲੱਗ ਪਏ, ਹਾਲਾਤ ਇਹ ਬਣਾ ਦਿੱਤੇ ਸੀ ਪਾਰਟੀ ਦੇ ਕਿ ਪਾਰਟੀ ਆਗੂਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਪਾਰਟੀ ਕਿੰਨਾ ਕੁ ਚਿਰ ਸਰਵਾਈਵ ਕਰੇਗੀ। ਹੁਣ ਤੁਸੀਂ ਵੇਖ ਲਓ ਆਪਾਂ ਹਾਸ਼ੀਏ 'ਤੇ ਹਾਂ, ਕਿੱਥੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਬਣਾਉਂਦੀ ਸੀ ਅਤੇ ਅੱਜ 3 MLA ਨੇ, ਅਤੇ ਗਾਂਹ ਪਤਾ ਨਹੀਂ ਕੀ ਬਣਨਾ ਹੁਣ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਪਤਾ ਨਹੀਂ ਕਿਹੋ ਜਿਹਾ ਰਿਸਪੌਂਸ ਦੇਣਾ। ਕਿਉਂਕਿ ਜਿਹੜੀ ਇੱਕ ਕਮੇਟੀ ਬਣੀ ਸੀ, ਸ਼ਾਇਦ ਤੁਸੀਂ ਸੁਣਿਆ ਵੀ ਝੂੰਦਾ ਕਮੇਟੀ ਬਣੀ ਸੀ, ਮੈਂ ਉਹਦਾ ਮੈਂਬਰ ਸੀ ਜੀ। ਮੈਂ ਮੇਰਾ ਖਿਆਲ ਹੈ ਕਿ 90 ਕੌਂਸਟੀਚੁਐਂਸੀਆਂ ਦੇ ਵਿੱਚ ਉਦੋਂ ਗਿਆ ਸੀ ਅਤੇ ਲੋਕਾਂ ਦੀ ਆਵਾਜ਼ ਸੀ ਕਿ ਜਿਹੜੀ ਆ ਪਾਰਟੀ ਦੀ ਪ੍ਰਧਾਨਗੀ ਤੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਹੁਦਾ ਦੇਣ। ਅਤੇ ਇਹਨਾਂ ਨੇ ਉਹ ਸਾਰੀ ਕਮੇਟੀ ਦੀ ਜਿਹੜੀ ਰਿਪੋਰਟ ਸੀ, ਉਹ ਤੁਹਾਨੂੰ ਪਤਾ ਉਦੋਂ ਰੌਲਾ ਵੀ ਪਿਆ ਸੀ ਕਿ ਮੇਰੇ ਘਰ ਅੰਮ੍ਰਿਤਸਰ ਸਾਰੇ ਆਏ ਸੀ ਅਤੇ ਉਦੋਂ ਕਿਹਾ ਸੀ ਕਿ ਇਹ ਕਮੇਟੀ ਦੀ ਰਿਪੋਰਟ ਜਿਹੜੀ ਆ ਉਹਦੇ ਵਿੱਚ ਇਹਨਾਂ ਨੇ ਉਹਨੂੰ ਲਾਗੂ ਨਹੀਂ ਹੋਣ ਦਿੱਤਾ। ਜੇ ਕਿਤੇ ਅੱਜ ਕਮੇਟੀ ਦੀ ਰਿਪੋਰਟ ਲਾਗੂ ਹੋ ਜਾਂਦੀ ਨਾ ਤਾਂ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੋਣਾ ਸੀ, ਪਰ ਪਤਾ ਨਹੀਂ ਕਿਉਂ ਸਾਡੇ ਆਗੂ ਡੋਲ ਗਏ। ਮੈਂ ਨਹੀਂ ਡੋਲਿਆ, ਮੈਂ ਤਾਂ ਉਦੋਂ ਵੀ ਡੱਟ ਕੇ ਖਲੋਤਾ ਰਿਹਾ। ਮੈਂ ਤਾਂ ਸਾਰਿਆਂ ਨੂੰ ਕਿਹਾ ਵੀ ਆਓ ਆਓ ਬਹਿ ਕੇ ਗੱਲ ਕਰੀਏ, ਅਤੇ ਅਸੀਂ ਤਾਂ ਪ੍ਰਧਾਨ ਜੀ ਨੂੰ ਵੀ ਮੈਂ ਕਿਹਾ ਮੈਂ ਪ੍ਰਧਾਨ ਜੀ ਛੱਡ ਦੇਣਾ ਚਾਹੀਦਾ ਵਾ, ਜਦੋਂ ਲੋਕਾਂ ਦੀ ਆਵਾਜ਼ ਹੋਵੇ ਨਾ ਛੱਡ ਦੇਣਾ ਚਾਹੀਦਾ ਵਾ। ਕਿਉਂਕਿ ਮੈਂ ਅਤੇ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਸੀ, ਅਸੀਂ ਦੋਵਾਂ ਨੇ ਬੜੀ ਡਟਵੀਂ ਗੱਲ ਕੀਤੀ ਸੀ। ਅੱਜ ਕੱਲ੍ਹ ਮਨਪ੍ਰੀਤ ਸਿੰਘ ਅਯਾਲੀ ਵੀ ਜਿਹੜੇ ਹਾਸ਼ੀਏ 'ਤੇ ਹੀ ਨੇ, ਵਿਚਾਰਾ ਮੇਰਾ ਵੱਡਾ ਭਰਾ ਵਾ, ਉਹਨੇ ਵੀ ਜਿਹੜਾ ਵਾ ਮੇਰਾ ਖਿਆਲ ਤੁਸੀਂ ਵੇਖਿਆ ਨਹੀਂ ਸਰਗਰਮ ਹੋਊ, ਉਹ ਆਪਣੀ ਗੱਲ ਚਲੋ ਲੋਕ ਉਹਦਾ ਹਲਕੇ 'ਚ ਬਹੁਤ ਸਾਥ ਸਤਿਕਾਰ ਕਰਦੇ ਨੇ। ਅਤੇ ਤੁਸੀਂ ਗੱਲ ਕਰ ਰਹੇ ਹੋ ਕਿ ਝੁੰਦਾ ਕਮੇਟੀ ਦੀ ਜਿਵੇਂ ਰਿਪੋਰਟ ਦੀ ਗੱਲ ਕਰ ਰਹੇ ਹੋ, ਇਸੇ ਤਰੀਕੇ ਨਾਲ ਬੇਅਦਬੀਆਂ 'ਤੇ ਵੀ ਜੋਰਾ ਸਿੰਘ ਜੀ ਦੀ ਰਿਪੋਰਟ ਵੀ ਤੁਹਾਡੀ ਜਿਹੜੀ ਸਾਬਕਾ ਪਾਰਟੀ ਹੁਣ ਹੋ ਗਈ ਤੁਹਾਡੀ, ਉਹਦੇ ਨੇ ਨਹੀਂ ਸੀ ਫੜੀ, ਉਹ ਵੀ ਇੱਕ ਬਹੁਤ ਵੱਡੀ ਇੱਕ ਗੱਲ ਸਾਹਮਣੇ ਆਈ ਸੀਗੀ। ਇਹਦੇ 'ਚ ਕੀ ਪ੍ਰੋਬਲਮ ਕੀ ਹੋ ਜਾਂਦੀ ਹੈ, ਕਿਉਂਕਿ ਨਾ ਨਾ ਕਰਦੇ ਬੜੀ ਵੱਡੀ ਗੱਲ ਹੈ ਕਿ ਇਸ ਤਰੀਕੇ ਦੇ ਵਰਤਾਰੇ ਹੁੰਦੇ ਨੇ, ਪਰ ਨਾ ਨਾ ਕਰਦੇ ਜੇ ਕਿਤੇ ਗਲਤੀਆਂ ਹੋਈਆਂ ਹੋਏ ਬਾਅਦ 'ਚ, ਇੰਨੇ ਸਾਲਾਂ ਦੇ ਬਾਅਦ ਵੀ ਤਾਂ ਮਾਫੀਆਂ ਮੰਗੀਆਂ ਜਾਂਦੀਆਂ, ਫਿਰ ਵੀ ਤਾਂ ਲੋਕਾਂ ਦੇ ਵਿੱਚ ਜਾਣਾ ਹੀ ਪਏਗਾ, ਸਿਆਸਤਦਾਨ ਉਹ ਮੁੜ ਮੁੜ ਕੇ ਉਹਨਾਂ ਲੋਕਾਂ ਕੋਲ ਹੀ ਆਉਣਾ ਪਏਗਾ, ਉਹੀ ਮੁੱਦੇ ਨੇ ਉਹੀ ਗੱਲਾਂ ਨੇ, ਫਿਰ ਵੀ ਉਹ ਟਾਈਮ 'ਤੇ ਉਸ ਤਰੀਕੇ ਨੂੰ ਐਵੇਂ ਬਚ ਬਚਾਏ ਕਰਨ ਨਾਲ ਕੀ ਬਚਾਅ ਹੋ ਜਾਂਦੇ ਨੇ? ਵੇਖੋ, ਜਦੋਂ ਮਾਫੀ ਮੰਗਣੀ ਹੋਵੇ ਨਾ ਉਦੋਂ ਅਕਾਲ ਤਖਤ ਸਾਹਿਬ 'ਤੇ ਨਿਮਾਣੇ ਸਿੱਖ ਬਣ ਕੇ ਜਾਈਦਾ, ਘਰ 'ਚ ਪੱਲਾ ਪਾ ਕੇ ਉੱਥੇ ਮਾਫੀ ਮੰਗੀਦਾ। ਇਹਨੂੰ ਮਾਫੀ ਨਹੀਂ ਮੈਂ ਕਹੂੰਗਾ, ਮਾਫੀ ਹੁੰਦੀ ਆ ਜਾ ਕੇ ਤਨਖਾਹ ਲਵਾਈ ਦੀ ਆ ਕਿ ਮੇਰੇ ਕੋਲੋਂ ਆਹ ਗਲਤੀ ਹੋਈ ਜਾਣੇ ਅਣਜਾਣੇ ਦੇ ਵਿੱਚ। ਉਹ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਨਾ, ਫਿਰ ਉਹ ਅੱਗੇ ਹੁਕਮ ਸੁਣਾਉਂਦੇ ਨੇ। ਇਹ ਤਾਂ ਮੈਂ ਸਟੇਜ ਤੋਂ ਕਹਿ ਦਿੱਤਾ ਜੀ ਮੈਨੂੰ ਮਾਫੀ ਹੋਵੇ ਤਾਂ ਮਾਫੀ ਮਿਲ ਗਈ, ਜਕਾਰਾ ਲਾ ਦਿੱਤਾ, ਇਹ ਮਾਫੀ ਨਹੀਂ ਗਈ। ਮਾਫੀ ਮੰਗਣੀ ਜਦੋਂ ਚਾਹੀਦੀ, ਮਾਫੀ ਸਹੀ ਤਰੀਕਾ ਇਹੋ ਆ, ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਆਪਣੀ ਜੇ ਗਲਤੀ ਅਣਜਾਣੇ ਅਣਜਾਣੇ ਜਿਹੜੀ ਹੋਈ ਆ। ਪਰ ਮੈਂ ਇੱਕ ਗੱਲ ਮੰਨਦਾ ਕਿ ਕੋਈ ਵੀ ਸਿੱਖ ਜਿਹੜਾ ਵਾ ਨਾ ਉਹ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰਦਾ, ਅਤੇ ਜੇ ਕਿਸੇ ਨੇ ਕੀਤੀ ਹੋਊ ਤਾਂ ਉਹਨੂੰ ਪਰਮਾਤਮਾ ਮਾਰ ਮਾਰਦਾ, ਪਤਾ ਨਹੀਂ ਕਿਹੜੀਆਂ ਗੱਲਾਂ ਨੇ। ਇਸ ਕਰਕੇ ਮੈਂ ਹੁਣ ਉਹਦੀ ਵਿੱਚ ਬਹੁਤੀ ਗੱਲ ਨਹੀਂ ਕਰਨਾ। ਕਰਨ ਜੀ, ਜਿੱਥੋਂ ਤੱਕ ਗੱਲ ਕੀਤੀ ਜਾਏ, ਆਪਾਂ ਦੇਖ ਰਹੇ ਹਾਂ ਕਿ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਕੱਢ ਹੀ ਰਿਹਾ, ਔਰ ਜਿੱਥੋਂ ਤੱਕ ਦੇਖਿਆ ਜਾਏ ਤਾਂ ਇਹ ਵੀ ਆਵਾਜ਼ ਉੱਠਦੀ ਹੈ ਕਿ ਰਾਸ਼ਟਰੀ ਪਾਰਟੀਆਂ ਜਿਹੜੀਆਂ ਵੀ ਨੇ, ਨੈਸ਼ਨਲ ਪਾਰਟੀਜ਼ ਜਿਹੜੀਆਂ ਨੇ, ਉਹ ਨੈਸ਼ਨਲ ਪਾਰਟੀਜ਼ ਦਾ
ਸੂਬਿਆਂ ਨੂੰ ਸਮਝਣ ਦੇ ਵਿੱਚ ਕੁਛ ਨਾ ਕੁਛ ਕਮੀ ਪੇਸ਼ੀ ਰਹਿ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਹਰ ਹਾਲ ਦੇ ਵਿੱਚ ਖੇਤਰੀ ਪਾਰਟੀ ਜਿਹੜਾ ਉਹ ਰਹਿਣੀ ਚਾਹੀਦੀ, ਐਵੇਂ ਦੀਆਂ ਵੀ ਗੱਲਾਂ ਹੁੰਦੀਆਂ ਨੇ। ਤੁਹਾਨੂੰ ਲੱਗਦਾ ਵੀ ਇਹ ਗੱਲ ਵਾਕਈ ਹੀ ਸਹੀ ਹੈਗੀ ਹੈ ਜਾਂ ਵਾਕਈ ਇਹ ਗੱਲ ਕਿਤੇ ਟਿਕਦੀ ਹੁੰਦੀ ਹੈ? ਦੇਖੋ, ਖੇਤਰੀ ਪਾਰਟੀ ਜ਼ਰੂਰ ਰਹਿਣੀ ਚਾਹੀਦੀ ਆ, ਪਰ ਪੰਜਾਬ ਨੂੰ ਆਪੇ ਉਜਾੜ ਕੇ ਆਪੇ ਬਚਾਉਣ ਤੁਰ ਪਈਏ, ਇਹ ਵੀ ਕੋਈ ਸਾਡੀ ਵੱਡੀ ਗੱਲ ਨਹੀਂ ਗੀ। ਅਸੀਂ ਉਜਾੜਿਆ ਵੀ ਆਪ ਹੋਵੇ ਅਤੇ ਉਹਨੂੰ ਬਚਾਉਣ ਵੀ ਕਹਿੰਦੇ ਵੀ ਘਰ ਪਹਿਲਾਂ ਢਾਲੀਏ ਅਤੇ ਮੁੜ ਕੇ ਬਣਾਉਣ ਤੁਰ ਪਈਏ। ਅਤੇ ਹੁਣ ਸਾਡੇ ਪ੍ਰਧਾਨ ਜੀ ਤਾਂ ਉਹ ਹੀ ਕਰਨ ਡਿਆ, ਅਤੇ ਹੁਣ ਪ੍ਰਧਾਨ ਜੀ ਆਪਣੀ ਜਿਹੜੀ ਜ਼ਮੀਨ ਆ ਉਹ ਗਵਾ ਚੁੱਕੇ ਨੇ, ਅਤੇ ਇਸ ਕਰਕੇ ਹੁਣ ਪੰਜਾਬ ਦਾ ਤਾਂ ਰੱਬ ਰਾਖਾ ਵਾ। ਮੈਂ ਤਾਂ ਇੱਕੋ ਹੀ ਕਰੂੰਗਾ ਕਿ BJP ਨੈਸ਼ਨਲ ਪਾਰਟੀ ਆ, ਅਤੇ ਸਾਨੂੰ ਨੈਸ਼ਨਲ ਪਾਰਟੀ 'ਤੇ ਮਾਣ ਆ ਕਿ ਉਹ ਨੀਲੀ ਪੱਗ ਤੋਂ ਹੁਣ ਤੁਸੀਂ ਕੇਸਰੀ ਪੱਗ ਜਾਂ ਜਿਹੜੀ ਹੈ ਭਗਵਾ ਪੱਗ ਪਾ ਲਈ ਹੈ, ਅਤੇ ਇਸ ਦੇ ਨਾਲ ਤੁਹਾਨੂੰ ਚੇਂਜ ਦੇ ਨਾਲ ਕੀ ਲੱਗਦਾ ਕਿ ਤੁਹਾਡਾ ਇੱਥੇ ਰੋਲ ਕਿਵੇਂ ਦਾ ਹੋਏਗਾ? ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਜੋ ਤੁਸੀਂ ਜੁਆਇਨ ਕੀਤੀ ਸੀ, ਤੁਹਾਨੂੰ ਖਿੱਚ ਕੇ ਲੈ ਕੇ ਆਈਆਂ ਨੇ? ਦੇਖੋ, ਕੋਈ ਵੀ ਪਾਰਟੀ ਜਦੋਂ ਬਦਲੀ ਤੀ ਹੈ ਨਾ, ਮਨ ਬੜਾ ਥੋੜ੍ਹਾ ਜਿਹਾ ਇੱਕ ਵਾਰੀ ਡਾਵਾਂਡੋਲ ਹੁੰਦਾ, ਪਰ ਅੱਜ ਜਿੰਨਾ ਇਹਨਾਂ ਨੇ ਪਿਆਰ ਦਿੱਤਾ ਅਤੇ ਮੈਂ ਇਹਨਾਂ ਨੂੰ ਇੱਕੋ ਹੀ ਯਕੀਨ ਦਵਾਇਆ, ਮੈਂ ਮਿਹਨਤ ਕਰਨ ਵਾਲਾ ਬੰਦਾ ਵਾਂ, ਮੈਂ ਵਰਕਰ ਹਾਂ, ਮੈਂ ਆਗੂ ਨਹੀਂ ਗਾ। ਮੈਂ ਪਹਿਲਾਂ ਵੀ ਵਰਕਰੀ ਕਰਕੇ ਵਰਕਰ ਦੇ ਤੌਰ 'ਤੇ ਵਿਚਰ ਕੇ ਪਾਰਟੀ ਦੇ ਇੱਥੋਂ ਤੱਕ ਆਇਆ, ਅਤੇ ਮੈਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਸਾਰੀਆਂ ਪੋਲਿਸੀਜ਼ ਨੇ ਉਹਨਾਂ ਦੇ ਮੈਂ ਉਹਨਾਂ ਨੂੰ ਮਾਣ ਆ ਕਿ ਚਾਹੇ ਉਹ ਸਾਡਾ ਸਿੱਖ ਧਰਮ ਦੀ ਬੜੀ ਲਟਕਦੀ ਮੰਗ ਸੀ ਜਿਹੜੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣੇ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਅਤੇ ਉਹ ਸਾਡੇ ਸਿੱਖਾਂ ਵਾਸਤੇ ਸਭ ਤੋਂ ਵੱਡੀ ਗੱਲ ਕੀਤੀ ਇਹਨਾਂ ਨੇ। ਅਤੇ ਆਪਾਂ ਕੱਲ੍ਹ ਵੀ ਪਰਸੋਂ ਦੇਖ ਰਿਹਾ ਸੀ ਕਿ ਪਟਨਾ ਸਾਹਿਬ ਗਏ ਨੇ, ਅਤੇ ਇੱਕ ਨਿਮਾਣੇ ਸੇਵਕ ਵਾਂਗੂ ਜਾ ਕੇ ਗੁਰੂ ਘਰ ਜਿੱਥੇ ਉਹਨਾਂ ਨੇ ਆਸ਼ੀਰਵਾਦ ਲਿਆ, ਉੱਥੇ ਲੰਗਰ ਦੀ ਸੇਵਾ ਵੀ ਕੀਤੀ। ਉਹਨਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਜਾਣਦੇ ਨੇ, ਮੋਦੀ ਜੀ, ਅਮਿਤ ਸ਼ਾਹ ਜੀ, ਸਾਡੇ ਪ੍ਰਧਾਨ JP ਨੱਡਾ ਜੀ, ਅਤੇ ਮੈਂ ਖਾਸ ਤੌਰ 'ਤੇ ਸਾਰੇ ਆਪਣੇ ਜਿਹੜੇ ਪੰਜਾਬ ਦੇ ਨੇ ਸਾਡੇ ਪ੍ਰਧਾਨ ਜਾਖੜ ਜੀ, ਮੰਤਰੀ ਸ਼੍ਰੀਨਿਵਾਸਲੂ ਜੀ, ਮੈਂ ਸਾਰਿਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੈਂ ਉਹਨਾਂ ਨੂੰ ਕੁਛ ਕਹਿਣ ਦਾ ਮੌਕਾ ਨਹੀਂ ਦਿੰਦਾ। ਧੰਨਵਾਦ ਤੁਹਾਡਾ। ਇਹ ਸਾਡੇ ਨਾਲ ਸੀਗੇ ਰਵੀਕਰਨ ਕਾਲੂ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਅਕਾਲੀ ਦਲ ਨੇ ਇਹਨਾਂ ਨੂੰ ਬਰਖਾਸਤ ਕੀਤਾ, ਇਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਉਹ ਕੱਢ ਦਿੱਤਾ, ਪਰ ਉਹਦੇ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਨੀਲੀ ਪੱਗ ਸਿਰ 'ਤੇ ਸੀ ਪਹਿਲੇ ਜਿਹੜੀ ਅਕਾਲੀਆਂ ਦਾ ਰੰਗ ਹੈਗਾ, ਅਤੇ ਹੁਣ ਅੱਜ ਭਗਵਾ ਪੱਗ ਵਿੱਚ ਨਜ਼ਰ ਆਏ ਨੇ। ਉਹਨਾਂ ਨੇ ਜਿੱਥੋਂ ਤੱਕ ਆਪਣੀ ਨਾਰਾਜ਼ਗੀ ਜਿਹੜੀ ਹੈ ਅਕਾਲੀ ਦਲ ਦੇ ਨਾਲ ਦਰਸਾਈ ਹੈ, ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਨਰਿੰਦਰ ਮੋਦੀ ਦੀਆਂ ਪੋਲਿਸੀਜ਼ ਦੇ ਨੂੰ ਦੇਖਦੇ ਹੋਏ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ, ਕਮਲ ਆਪਣੇ ਹੱਥ ਦੇ ਵਿੱਚ ਫੜਿਆ। ਅਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਅੱਜ ਜੁਆਇਨਿੰਗ ਕਰਵਾਈ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ? ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ? ਪਾਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ? ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ? ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦੇਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ,
ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।